ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਬੇਸਿਕ ਆਫ ਕੰਪਿਊਟਰ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਜਿਹੜੇ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਆ ਸੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਦੇ ਵਿੱਚ ਬੇਸਿਕ ਆਫ ਕੰਪਿਊਟਰ ਦੇ ਨਾਲ ਰਿਲੇਟਿਡ ਜੋ ਵੀ ਮੈਂ ਇੰਪੋਰਟੈਂਟ MCQ ਤੁਹਾਡੇ ਲਈ ਲੈ ਕੇ ਆਈਆਂ ਹਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਆ ਹਰ ਇੱਕ ਐਮਸੀਕਯੂ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਐਕਸਟਰਾ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸੀਪੀਯੂ ਦਾ ਬਾਹਰੀ ਦੁਨੀਆ ਨਾਲ ਸੰਚਾਰ ਕਿਸ ਦੁਆਰਾ ਹੁੰਦਾ ਹੈ ਹਾਂਜੀ CPU CPU ਦੀ ਜੇ ਆਪਾਂ ਗੱਲ ਕਰੀਏ ਤਾਂ CPU ਦਾ ਬਾਹਰੀ ਦੁਨੀਆ ਨਾਲ ਸੰਚਾਰ ਆ ਜਿਹੜਾ ਉਹ ਕਿਵੇਂ ਹੁੰਦਾ ਸਭ ਤੋਂ ਪਹਿਲਾਂ ਦੇਖੋ ਇਨਪੁਟ ਡਿਵਾਈਸ ਆਪਾਂ ਦੇਣੀ ਹੁੰਦੀ ਹੈ ਜਿਹੜਾ ਬੰਦਾ ਕੰਪਿਊਟਰ ਤੇ ਕੰਮ ਕਰ ਰਿਹਾ ਨਾ ਉਹ ਕਿੰਦਾ ਇਨਪੁਟ ਦਿੰਦਾ ਵਾ ਕਿਹਨੂੰ ਦਿੰਦਾ ਵਾ ਯੂਜ਼ਰ ਨੂੰ ਦਿੰਦਾ ਵਾ ਸੋਰੀ ਯੂਜ਼ਰ ਤਾਂ ਆਪਾਂ ਹੋਗੇ ਨਾ ਇਹਨੂੰ ਦਿੰਦਾ ਵਾ CPU ਨੂੰ ਦਿੰਦਾ ਵਾ CPU ਨੂੰ ਦਿੰਦਾ ਤੇ CPU ਅੱਗੇ ਕਿਹਨੂੰ ਦਿੰਦਾ ਵਾ CPU ਅੱਗੇ ਆਉਟਪੁੱਟ ਦਿੰਦਾ ਵਾ ਕੰਪਿਊਟਰ ਨੂੰ ਦੇ ਵਿੱਚ ਜੋ ਵੀ ਆਪਾਂ ਕੰਮ ਚ ਕੋਈ ਉਹ ਕਰਵਾਉਣਾ ਵਾ ਉਹ CPU ਕਰਕੇ ਅੱਗੇ ਸਾਨੂੰ ਆਉਟਪੁੱਟ ਦੇ ਦਿੰਦਾ ਪ੍ਰੋਸੈਸਿੰਗ ਪ੍ਰੋਸੈਸ ਹੁੰਦਾ ਡਾਟੇ ਦਾ ਠੀਕ ਹੈ ਉਸ ਤੋਂ ਬਾਅਦ ਸਾਨੂੰ ਆਉਟਪੁੱਟ ਆ ਜਿਹੜੀ ਦੇ ਦਿੱਤੀ ਜਾਂਦੀ ਆ ਤਾਂ ਜਿਹੜਾ CPU ਆ ਇਹਦਾ ਬਾਹਰੀ ਦੁਨੀਆ ਨਾਲ ਸੰਚਾਰ ਇਨਪੁਟ ਅਤੇ ਆਉਟਪੁਟ ਯੰਤਰ ਦੁਆਰਾ ਹੁੰਦਾ ਵਾ অপਸ਼ਨ A ਇਸ ਦਾ ਰਾਈਟ ਆਨਸਰ ਹੈ A ਇਨਪੁਟ ਡਿਵਾਈਸ ਹੋਗੀ ਠੀਕ ਹੈ ਉਸ ਤੋਂ ਬਾਅਦ ਇਨਪੁਟ ਡਾਟਾ ਇਹਨੂੰ ਗਿਆ CPU ਨੂੰ ਤੇ ਇਹਨੇ ਪ੍ਰੋਸੈਸ ਕੀਤਾ ਉਸ ਡਾਟੇ ਨੂੰ ਤੇ ਸਾਨੂੰ ਆਉਟਪੁਟ ਦੇ ਦਿੱਤੀ ਤਾਂ ਇਸ ਤਰ੍ਹਾਂ ਇਹ ਇਹਦਾ ਸੰਚਾਰ ਹੈ ਜਿਹੜਾ ਬਾਹਰੀ ਦੁਨੀਆ ਨਾਲ ਇਨਪੁਟ ਆਉਟਪੁਟ ਯੰਤਰ ਦੁਆਰਾ ਹੁੰਦਾ ਵਾ ਨੈਕਸਟ ਹੈ ਇਨਪੁਟ ਆਉਟਪੁਟ ਯੰਤਰਾਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹਾਂਜੀ ਇਨਪੁਟ ਆਉਟਪੁਟ ਯੰਤਰਾਂ ਜਿਹੜੇ ਇਹਨਾਂ ਨੂੰ ਜਾਂ ਇਨਪੁਟ ਆਉਟਪੁਟ ਡਿਵਾਈਸ ਆ ਜਿਹੜੇ ਇਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਪੈਰੀਫਰਲ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਪੈਰੀਫਰਲ অপਸ਼ਨ ਸੀ ਇਜ਼ ザ ਰਾਈਟ ਆਨਸਰ ਨੈਕਸਟ ਹੈ ਖਾਲੀ ਥਾਂ ਲਈ ਸਹੀ ਸ਼ਬਦ ਦੀ ਚੋਣ ਕਰੋ ਹਾਂਜੀ ਖਾਲੀ ਥਾਂ ਦੇ ਲਈ ਸਹੀ ਸ਼ਬਦ ਦੀ ਤੁਸੀਂ ਚੋਣ ਕਰਨੀ ਆ ਤੇ ਖਾਲੀ ਥਾਂ ਮੈਂ ਤੁਹਾਡੇ ਕੋਲ ਇੱਥੇ ਬਣਾ ਦਿੰਨੀ ਆ ਠੀਕ ਹੈ ਇਹ ਹੈਗੀ ਆ ਇਨਪੁਟ ਡਿਵਾਈਸ ਉਸ ਤੋਂ ਬਾਅਦ ਅੱਗੇ ਇਨਪੁਟ ਡਾਟਾ ਚੱਲ ਰਿਹਾ ਵਾ ਠੀਕ ਹੈ ਫਿਰ ਇੱਥੇ ਖਾਲੀ ਥਾਂ ਮਾ ਤੇ ਇੱਥੇ ਹੈ ਪ੍ਰੋਸੈਸ ਇੱਥੇ ਡਾਟੇ ਦਾ ਪ੍ਰੋਸੈਸ ਹੋ ਰਿਹਾ ਤੇ ਇੱਥੇ ਹੈ ਆਉਟਪੁੱਟ ਡਿਵਾਈਸ ਓ ਡੀ ਲਿਖ ਦਿੰਨੀ ਆ ਮੈਂ ਆਉਟਪੁੱਟ ਡਿਵਾਈਸ ਤਾਂ ਹੁਣ ਦੱਸੋ ਖਾਲੀ ਥਾਂ ਦੇ ਲਈ ਸਹੀ ਸ਼ਬਦ ਦੀ ਤੁਸੀਂ ਚੋਣ ਕਰਿਆ ਤੇ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਕਿ ਇਨਪੁੱਟ ਡਿਵਾਈਸ ਤੋਂ ਬਾਅਦ ਇਨਪੁੱਟ ਡਾਟਾ ਕਿਹਦੇ ਕੋਲ ਜਾਂਦਾ ਵਾ ਸੀਪੀਯੂ ਕੋਲ ਜਾਂਦਾ ਵਾ ਤਾਂ ਇੱਥੇ ਫਿਰ ਸੀਪੀਯੂ ਹੋਊਗਾ ਨਾ ਸੀਪੀਯੂ ਅੱਗੇ ਕੀ ਕਰਦਾ ਸਾਨੂੰ ਆਉਟਪੁੱਟ ਦੇ ਦਿੰਦਾ ਵਾ ਜਾਂ ਆਉਟਪੁੱਟ ਡਿਵਾਈਸ ਤਿਆਰ ਕਰ ਲੈਂਦਾ ਵਾ ਠੀਕ ਹੈ ਨੈਕਸਟ ਹੈ GUI ਬਹੁਤ ਇੰਪੋਰਟੈਂਟ ਹੈ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਤੁਸੀਂ ਕਾਫੀ ਹੀ ਜ਼ਿਆਦਾ ਦੇਖਿਆ ਹੋਣਾ ਜਿਹੜੇ ਸਟੂਡੈਂਟਸ ਨੇ ਪਹਿਲਾਂ ਐਗਜ਼ਾਮ ਦਿੱਤੇ ਆ ਅ ਇਸ ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਆ GUI ਇਸ ਦਾ ਮੀਨਿੰਗ ਆ ਗ੍ਰਾਫੀਕਲ ਯੂਜ਼ਰ ਇੰਟਰਫੇਸ ਆਪਸ਼ਨ ਆਪਸ਼ਨ ਗ੍ਰਾਫੀਕਲ ਯੂਜ਼ਰ ਇੰਟਰਫੇਸ ਦੀ ਆ ਇਹਦੇ ਵਿੱਚ ਹਾਂਜੀ ਇੱਥੇ ਬਾਈ ਮਿਸਟੇਕ ਇੰਟਰਫੇਸ ਟਾਈਪ ਹੋਣ ਵਾਲਾ ਰਹਿ ਗਿਆ ਇੰਟਰਫੇਸ ਠੀਕ ਹੈ ਇਹ ਹੈਗੀ ਆ ਕਿਹੜੀ ਜੀ ਯੂ ਆਈ ਯਾਨੀ ਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ ਨੈਕਸਟ ਹੈ ਜੀ ਕਿਹੜੀ ਇਨਪੁਟ ਡਿਵਾਈਸ ਪੇਂਟ ਅਤੇ ਡਰਾ ਡਿਵਾਈਸ ਨਹੀਂ ਹੈ ਹਾਂਜੀ ਹੁਣ ਦੇਖੋ ਆਪਾਂ ਇਨਪੁਟ ਡਿਵਾਈਸ ਦੀ ਜੇ ਗੱਲ ਕਰਦੇ ਆ ਇਹਨਾਂ ਦੇ ਵਿੱਚੋਂ ਜਿਹੜੀ ਕਿਹੜੀ ਇਨਪੁਟ ਡਿਵਾਈਸ ਆ ਜਿਹੜੀ ਪੇਂਟ ਅਤੇ ਡਰਾ ਦੇ ਲਈ ਨਹੀਂ ਵਰਤੀ ਜਾਂਦੀ ਤਾਂ ਸਭ ਤੋਂ ਪਹਿਲਾਂ ਟਰੈਕਬਾਲ ਆ ਜਿਹੜੀ ਇਹ ਤਾਂ ਮੇਨ ਪੇਂਟ ਦੇ ਲਈ ਐਂਡ ਡਰਾ ਕਰਨ ਦੇ ਲਈ ਟੱਚ ਸਕਰੀਨ ਵੀ ਮੇਨ ਠੀਕ ਹੈ ਹੈ ਗਿਆ ਇਹ ਵਰਤੀ ਜਾਂਦੀਆਂ ਪੇਂਟ ਤੇ ਡਰਾ ਕਰਨ ਦੇ ਲਈ ਮਾਊਸ ਵੀ ਵਰਤਿਆ ਜਾਂਦਾ ਮੇਨ ਕੰਮ ਹੀ ਕੰਪਿਊਟਰ ਦੇ ਵਿੱਚ ਮਾਊਸ ਦਾ ਹੁੰਦਾ ਵਾ ਠੀਕ ਹੈ ਤਾਂ ਕੀਬੋਰਡ ਆ ਜਿਹੜਾ ਇਹਦੀ ਲੋੜ ਨਹੀਂ ਪੈਂਦੀ ਸਾਨੂੰ ਪੇਂਟ ਤੇ ਡਰਾ ਕਰਨ ਦੇ ਲਈ ਕੀਬੋਰਡ ਦੀ ਤਾਂ ਕੀਬੋਰਡ ਨੂੰ ਆਪਾਂ ਕੀ ਬੋਲ ਦਵਾਂਗੇ ਕਿ ਕੀਬੋਰਡ ਕੀਬੋਰਡ ਆ ਜਿਹੜਾ ਇਹ ਇਨਪੁਟ ਡਿਵਾਈਸ ਪੇਂਟ ਅਤੇ ਡਰਾ ਕਰਨ ਦੇ ਲਈ ਨਹੀਂਗਾ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਇੱਥੇ ਜੇ ਆਪਾਂ ਕੀਬੋਰਡ ਦੀ ਗੱਲ ਕਰੀਏ ਇਹ ਸਭ ਤੋਂ ਵੱਧ ਵਰਤੀ ਜਾਣ ਵਾਲੀ ਵੈਸੀ ਇਨਪੁਟ ਡਿਵਾਈਸ ਹੈ ਇਸ ਨੂੰ ਅੱਖਰ ਅੰਕ ਤੇ ਕਈ ਤਰ੍ਹਾਂ ਦੇ ਖਾਸ ਜਿੰਨਾ ਨਾਲ ਲਿਖਿਆ ਜਾਂਦਾ ਵਾ ਤੁਹਾਨੂੰ ਵੀ ਪਤਾ ਇਸ ਉੱਤੇ ਸਭ ਤੋਂ ਪਹਿਲੀ ਲਾਈਨ ਹੁੰਦੀ ਆ F1 ਤੋਂ F12 ਜਿਹੜੀ ਕਿ ਇਹ 12 ਬਟਨ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕੀ ਬੋਲਦੇ ਆ ਫੰਕਸ਼ਨ ਬਟਨ ਬੋਲਦੇ ਆ ਇਹਨਾਂ ਦੀ ਮਦਦ ਨਾਲ ਅਸੀਂ ਕੰਪਿਊਟਰ ਨੂੰ ਇੱਕ ਖਾਸ ਤਰ੍ਹਾਂ ਦੀਆਂ ਹਦਾਇਤਾਂ ਵਾਂ ਜਿਹੜੀਆਂ ਉਹ ਦੇ ਸਕਦੇ ਆ ਤੇ ਮਾਊਸ ਦੁਆਰਾ ਵਰਤੇ ਜਾਣ ਵਾਲਾ ਸਾਰਾ ਕੰਮ ਕੀਬੋਰਡ ਦੁਆਰਾ ਕੀਤਾ ਜਾ ਸਕਦਾ ਵਾ ਪਰ ਅਜਾਹ ਕਰਨ ਲਈ ਸਾਨੂੰ ਸ਼ਾਰਟਕਟ ਕੀ ਬਾਰੇ ਪਤਾ ਹੋਣਾ ਚਾਹੀਦਾ ਜਿਵੇਂ ਪ੍ਰਿੰਟ ਪ੍ਰਿੰਟ ਦੀ ਕਮਾਂਡ ਲਈ ਕੰਟਰੋਲ ਪਲਸ ਪੀ ਵਰਤਦੇ ਆ ਫਾਈਲ ਮੀਨੂ ਖੋਲਣ ਦੇ ਲਈ ਆਲਟ ਪਲਸ ਐਫ ਵਰਤਦੇ ਆ ਇਸ ਤਰ੍ਹਾਂ ਠੀਕ ਹੈ ਇਦੇ ਦੇ ਵਿੱਚ 0 ਤੋਂ 9 ਤੱਕ ਮੈਥੈਮੈਟਿਕਲ ਬਟਨ ਹੁੰਦੇ ਆ ਅਰਥਮੈਟਿਕਲ ਜਿਹਨੂੰ ਅਸੀਂ ਬੋਲ ਦਿੰਨੇ ਆ ਠੀਕ ਹੈ ਜਾਂ ਨੰਮੈਰੀਕਲ ਕੀਜ਼ ਬੋਲ ਦਿੰਨੇ ਆ ਇਹਨਾਂ ਨੂੰ ਤੇ ਕੈਰੈਕਟਰ ਕੀਜ਼ ਕਿਹੜੀਆਂ ਹੁੰਦੀਆਂ A ਤੋਂ Z ਤੇ A ਤੋਂ Z স্মਲ ਤੇ ਕੈਪੀਟਲ ਵਾਲੀਆਂ ਉਹਨੂੰ ਕੈਰੈਕਟਰ ਕੀਜ਼ ਬੋਲ ਦਿੰਦੇ ਆ ਤੇ ਫੰਕਸ਼ਨ ਕੀ F1 ਤੋਂ F12 ਹੁੰਦੀਆਂ ਕੁਝ ਖਾਸ ਬਟਨ ਹੁੰਦੇ ਆ ਜਿਵੇਂ ਸਟਾਰ ਡਾਲਰ ਐਟ ਦੀ ਰੇਟ ਬ੍ਰੈਕਟ ਇਹ ਸਥਿਤੀ ਬਦਲਣ ਦੇ ਲਈ ਸਕਰੀਨ ਤੇ ਕਰਸਰ ਦੀ ਸਥਿਤੀ ਬਦਲਣ ਦੇ ਲਈ ਵਰਤੇ ਜਾਂਦੇ ਆ ਠੀਕ ਹੈ ਇਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਨੈਕਸਟ ਹੈ ਕਿਹੜੇ ਇਨਪੁਟ ਜੰਤਰ ਦੀ ਵਰਤੋਂ ਵੀਡੀਓ ਗੇਮ ਫਲਾਈਟ ਸਿਮੂਲੇਸ਼ਨ ਐਂਡ ਇੰਡਸਟਰੀ ਦੇ ਰੋਬੋਟਾਂ ਨੂੰ ਚਲਾਉਣ ਜਾਂ ਕੰਟਰੋਲ ਕਰਨ ਦੇ ਲਈ ਵਰਤੀ ਜਾਂਦੀ ਹੈ ਤਾਂ ਜੁਆਇਸਟਿਕ ਜਾਇਸਟਿਕ ਜੁਆਇਸਟਿਕ ਆ ਜਿਹੜਾ ਇਸ ਤਰ੍ਹਾਂ ਦਾ ਇਨਪੁਟ ਜੰਤਰ ਆ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਨੀ ਆ ਇਹ ਜਿਹੜਾ ਜੰਤਰ ਆ ਜਾਂ ਇਹ ਸਕਰੀਨ ਉੱਤੇ ਕਰਸਰ ਦੀ ਸਥਿਤੀ ਨੂੰ ਨਿਰੰਤਰੰਤ ਕਰਨ ਲਈ ਵਰਤਿਆ ਜਾਂਦਾ ਇਸ ਨੂੰ ਗੇਮ ਖੇਡਣ ਲਈ ਵਰਤਦੇ ਆ ਤੇ ਇਸ ਇਸ ਜੰਤਰ ਦੇ ਵਿੱਚ ਨਾ ਇੱਕ ਛੋਟੀ ਜਹੀ ਛੜ ਲੱਗੀ ਹੁੰਦੀ ਹੈ ਜਿਹਨੂੰ ਅਸੀਂ ਸਟਿਕ ਬੋਲਦੇ ਆ ਜਿਸ ਨੂੰ ਇੱਕ ਹੱਥ ਵਿੱਚ ਫੜਿਆ ਜਾਂਦਾ ਤੇ ਇਸ ਛੜ ਨੂੰ ਹੱਥ ਨਾਲ ਫੜ ਕੇ ਚਾਰੇ ਪਾਸੇ ਘੁਮਾਇਆ ਜਾਂਦਾ ਜਿਹੜੀ ਵੀ ਡਾਇਰੈਕਸ਼ਨ ਦੇ ਵਿੱਚ ਅਸੀਂ ਛੜ ਨੂੰ ਦਬਾਉਨੇ ਆ ਠੀਕ ਹੈ ਦੋਵਾਂ ਨੇ ਆ ਤਾਂ ਸਕਰੀਨ ਉੱਤੇ ਕਰਸਰ ਉਸੇ ਸਥਿਤੀ ਦੇ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਬਿਨਾਂ ਸਮਾਂ ਗੁਵਾਏ ਕਰਸਰ ਨੂੰ ਇੱਧਰ ਉੱਧਰ ਕੀਤਾ ਜਾ ਸਕਦਾ ਅਤੇ ਗੇਮ ਖੇਡਣ ਲਈ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਕਿਸੇ ਵਿੱਚ ਜਿਹੜੀ ਆਪਾਂ ਇਸੇ ਚੀਜ਼ ਦੀ ਜਿਹੜੀ ਮੇਨ ਜ਼ਰੂਰਤ ਹੁੰਦੀ ਆ ਵੱਡੀਆਂ ਮਸ਼ੀਨਾਂ ਨੂੰ ਇੱਧਰ ਉੱਧਰ ਘੁਮਾਉਣ ਲਈ ਵੀ ਜੁਆਇਸਟਿਕ ਹੀ ਵਰਤਿਆ ਜਾਂਦਾ ਵਾ ਠੀਕ ਹੈ ਨੈਕਸਟ ਹੈ ਜੀ ਹਾਂਜੀ ਆਟੋਮੈਟਿਕ ਇੰਟਰਐਕਟਿਵ ਆਟੋਮੈਟਿਕ ਇੰਟਰਐਕਟਿਵ ਜਾਣਕਾਰੀ ਪਰਨਾਲੀਆਂ ਜਿਵੇਂ ਕਿ ਆਟੋਮੈਟਿਕ ਟੇਲਰ ਮਸ਼ੀਨ ਜਾਂ ਏਟੀਐਮ ਇਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹਾਂ ਜੇ ਆਟੋਮੈਟਿਕ ਜਿਹੜੀਆਂ ਆਪਾਂ ਬੋਲਦੇ ਹਾਂ ਕਿ ਇੰਟਰਐਕਟਿਵ ਜਾਣਕਾਰੀ ਪ੍ਰਣਾਲੀਆਂ ਹੁੰਦੀਆਂ ਜਿਵੇਂ ਆਟੋਮੈਟਿਕ ਟੇਲਰ ਮਸ਼ੀਨ ਹੋਗੀ ਠੀਕ ਹੈ ਏਟੀਐਮ ਹੋ ਗਿਆ ਤਾਂ ਇਹਨਾਂ ਨੂੰ ਅਸੀਂ ਕਿ ਕੇ ਆਈਓ ਐਸ ਕੇਐਸ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਸੀਰੀ ਗੇ ਡਿਸਕਸ ਕਰਦੇ ਹਾਂ ਇਨਵਰੀ ਡਿਟੇਲ ਦੇ ਵਿੱਚ ਵੀ ਆਪਾਂ ਅੱਗੇ ਪੜਾਂਗੇ ਉਹ ਕਿਹੜੇ ਇਨਪੁਟ ਉਪਕਰਨ ਹਨ ਜੋ ਸਰੋਤਾਂ ਦਾਸਤਾਵੇਜ਼ ਤੋਂ ਡਾਟਾ ਸਿੱਧਾ ਕੰਪਿਊਟਰ ਪ੍ਰਣਾਲੀ ਵਿੱਚ ਪ੍ਰਵੇਸ਼ ਕਰਵਾ ਸਕਦੇ ਆ ਹਾਂਜੀ ਜਿਹੜਾ ਸੋਰਸ ਡਾਕੂਮੈਂਟ ਆ ਆਪਾਂ ਬੋਲਦੇ ਆ ਤੋ ਸਿੱਧਾ ਕੰਪਿਊਟਰ ਪ੍ਰਣਾਲੀ ਦੇ ਵਿੱਚ ਪ੍ਰਵੇਸ਼ ਕਰਵਾ ਸਕਦੇ ਆ ਉਹ ਕੌਣ ਉਹ ਹੈਗੇ ਆ ਡਾਟਾ ਸਕੈਨਰ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਡਾਟਾ ਸਕੈਨਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਐਮਸੀਕਿਊ ਆ ਇਹ ਨੈਕਸਟ ਹੈ ਜੀ ਹੇਟ ਦਿੱਤੇਆਂ ਵਿੱਚੋਂ ਇਮੇਜ ਸਕੈਨਰ ਕਿਹੜੀ ਕਿਸਮ ਦਾ ਹੈ ਹਾਂਜੀ ਇਮੇਜ ਸਕੈਨਰ ਆ ਜਿਹੜਾ ਉਹ ਕਿਹੜੀ ਕਿਸਮ ਦਾ ਹੈ ਇਹਨਾਂ ਦੇ ਵਿੱਚੋਂ ਫਲੈਟ ਬੈਡ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਕਿਹੜੇ ਯੰਤਰ ਦੀ ਵਰਤੋਂ ਪੈਨ ਜਾਂ ਪੈਨਸਲ ਦੁਆਰਾ ਲਗਾਏ ਗਏ ਗੋਲ ਬਿੰਦੂਆਂ ਨੂੰ ਪੜਨ ਲਈ ਕੀਤੀ ਜਾਂਦੀ ਆ ਹਾਂਜੀ ਤੁਸੀਂ ਦੇਖੋ ਆਪਾਂ ਪੈਨ ਜਾਂ ਪੈਨਸਲ ਨਾਲ ਗੋਲ ਬਿੰਦੂ ਕਿਹਦੇ ਤੇ ਲਗਾਉਨੇ ਆ ਪੇਪਰ ਦੇ ਵਿੱਚ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਚਾਰ ਆਪਸ਼ਨਾਂ ਤੁਹਾਨੂੰ ਦਿੱਤੀਆਂ ਹੁੰਦੀਆਂ ਇੱਕ ਦੇ ਵਿੱਚ ਲਿਖਿਆ ਹੁੰਦਾ ਏ ਇੱਕ ਦੇ ਵਿੱਚ ਲਿਖਿਆ ਹੁੰਦਾ ਬੀ ਇੱਕ ਚ ਲਿਖਿਆ ਹੁੰਦਾ ਸੀ ਤੇ ਇੱਕ ਚ ਲਿਖਿਆ ਹੁੰਦਾ ਡੀ ਇਹ ਜਿਹੜੀ ਆਪਾਂ ਨੂੰ ਪੇਜ ਦਿੱਤਾ ਜਾਂਦਾ ਇਹਨੂੰ ਆਪਾਂ ਕੀ ਬੋਲਦੇ ਆ ਓ ਐਮ ਆਰ ਤੁਹਾਨੂੰ ਤੁਸੀਂ ਯਾਦ ਰੱਖਣਾ ਕਿ ਓ ਐਮ ਆਰ ਯੰਤਰ ਦੀ ਵਰਤੋਂ ਪੈਨ ਜਾਂ ਪੈਨਸਲ ਦੁਆਰਾ ਲਗਾਏ ਗੋਲ ਬਿੰਦੂਆਂ ਨੂੰ ਪੜਨ ਲਈ ਕੀਤੀ ਜਾਂਦੀ ਹੈ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਐਮ ਆਰ ਦਾ ਪੂਰਾ ਨਾਮ ਕੀ ਆ ਤੋ OMR ਦਾ ਪੂਰਾ ਨਾਮ ਆ ਜੀ অপਟੀਕਲ ਮਾਰਕ ਰੀਡਰ ਠੀਕ ਹੈ ਤੁਸੀਂ ਦੇਖਿਆ ਹੋਣਾ ਜਦੋਂ MCQ ਟਾਈਪ ਆਪਾਂ ਨੂੰ ਦਿੱਤੇ ਜਾਂਦੇ ਆ ਪ੍ਰਸ਼ਨ ਕਰਨ ਦੇ ਲਈ ਸੀਟਾਂ ਜਿਹੜੀਆਂ ਉਹ ਉਹਨਾਂ ਨੂੰ ਅਸੀਂ ਕੀ ਬੋਲਦੇ ਆ OMR ਸੀਟ ਹੀ ਬੋਲਦੇ ਆ ਠੀਕ ਹੈ ਇਹਦਾ ਪੂਰਾ ਨਾਮ ਹੁੰਦਾ অপਟੀਕਲ ਮਾਰਕ ਰੀਡਰ ਨੈਕਸਟ ਹੈ ਕਿ ਕਿਹੜੇ ਉਪਕਰਨ ਇੱਕ ਵਿਸ਼ੇਸ਼ ਇਨਕ ਵਰਤਦੇ ਹਨ ਜਿਸ ਵਿੱਚ ਆਇਰਨ ਆਕਸਾਈਡ ਦੇ ਚੁੰਬਕੀ ਕਣ ਹੁੰਦੇ ਆ ਤਾਂ ਇਹ ਹੈਗਾ ਜੀ MICR ਨੈਕਸਟ ਹੈ ਇੱਕ ਪ੍ਰਿੰਟਰ ਜੋ ਇੱਕ ਸਮੇਂ ਇੱਕ ਲਾਈਨ ਛਾਪਦਾ ਹੈ ਅਤੇ ਇਸ ਕੋਲ ਪਹਿਲਾਂ ਤੋਂ ਹੀ ਅੱਖਰਾਂ ਜਾਂ ਚਿੰਨ੍ਹਾਂ ਦਾ ਸਮੂਹ ਹੁੰਦਾ ਜੋ ਇਸ ਤੇ ਉਲਿੱਕੇ ਜਾਂਦੇ ਹਨ ਤਾਂ ਉਹਨੂੰ ਕੀ ਬੋਲਦੇ ਆ ਹਾਂਜੀ ਉਹਨੂੰ ਬੋਲਦੇ ਆ ਡਰਮ ਪ੍ਰਿੰਟਰਡ ਜਿਹੜਾ ਡਰੰਪ ਪ੍ਰਿੰਟਡ ਆ ਇਸ ਦੇ ਵਿੱਚ ਇੱਕ ਡਰਮ ਹੁੰਦਾ ਇਸ ਡਰਮ ਉੱਤੇ ਅੱਖਰਾਂ ਤੇ ਚਿੰਨ੍ਹਾਂ ਦੀਆਂ ਬਹੁਤ ਸਾਰੀਆਂ ਲਾਈਨਾਂ ਬਣੀਆਂ ਹੁੰਦੀਆਂ ਤੇ ਇੱਕ ਲਾਈਨ ਦੇ ਵਿੱਚ ਇੱਕੋ ਅੱਖਰ ਜਾਂ ਇੱਕ ਚਿੰਨ ਵਾਰ-ਵਾਰ ਬਣਾਇਆ ਜਾਂਦਾ ਕਾਗਜ਼ ਉੱਤੇ ਇੱਕ ਲਾਈਨ ਵਿੱਚ ਇਹ ਪ੍ਰਿੰਟ ਜਿਹਨੇ ਅੱਖਰ ਪ੍ਰਿੰਟ ਕਰਦਾ ਵਾ ਉਹਨੀਆਂ ਹੀ ਥਾਮਾਂ ਉੱਤੇ ਇੱਕ ਗਤਾਰ ਵਿੱਚ ਇੱਕ ਅੱਖਰ ਵਾਰ-ਵਾਰ ਆਉਂਦਾ ਹੈ ਡਰਮ ਦੀ ਇੱਕ ਕਤਾਰ ਵਿੱਚ ਜਿੰਨੇ ਵੀ ਅੱਖਰ ਹੋਣਗੇ ਜਾਂ ਲਾਈਨ ਦੇ ਵਿੱਚ ਇੰਨਾ ਅੱਖਰਾਂ ਦੇ ਸਮਾਨਾਂਤਰ ਓਨੇ ਹੀ ਹੈਮਰ ਹੋਣਗੇ ਤੇ ਇੱਕ ਲਾਈਨ ਵਿੱਚ ਇੱਕ ਅੱਖਰ ਜਿੰਨੀ ਵਾਰ ਪ੍ਰਿੰਟਿੰਗ ਪ੍ਰਿੰਟਿੰਗ ਹੋਣੀ ਚਾਹੀਦੀ ਆ ਉਹ ਇੱਕੋ ਵਾਰ ਹੋ ਜਾਵੇਗੀ ਡਰਮ ਦੇ ਉੱਪਰ ਇੱਕ ਸਥਾਨ ਤੇ ਜਿੱਥੇ ਪ੍ਰਿੰਟਿੰਗ ਕੀਤੀ ਜਾਂਦੀ ਆ ਉਥੇ ਇੱਕ ਰੀਵਨ ਹੁੰਦਾ ਵਾ ਜਿਸ ਦੇ ਉੱਪਰ ਉਹ ਉੱਪਰਲੇ ਪਾਸੇ ਨਾ ਇੰਕ ਲੱਗੀ ਹੁੰਦੀ ਆ ਇਹ ਸ਼ਰੀਵਨ ਦੇ ਉੱਤੇ ਕਾਗਜ਼ ਹੁੰਦਾ ਵਾ ਅਤੇ ਫਿਰ ਕਾਗਜ਼ ਦੇ ਉੱਤੇ ਬਹੁਤ ਸਾਰੇ ਹੈਮਰਾਂ ਦੀ ਜਿਹੜੀ ਲਾਈਨ-ਆਪ ਬਣੀ ਹੁੰਦੀ ਆ ਜਿੱਥੇ ਆਪਾਂ ਨੂੰ ਲੋੜ ਹੋਵੇ ਅੱਖਰ ਸਹੀ ਥਾਂ ਤੇ ਆਉਣ ਤੇ ਕਾਗਜ਼ ਦੇ ਉੱਤੇ ਟਕਰਾ ਕੇ ਇਹ ਸ਼ਾਪ ਦਿੰਦਾ ਵਾ ਇਹ ਡਰਮ ਪ੍ਰਿੰਟਰ ਦੇ ਚੈਨ ਪ੍ਰਿੰਟਰ ਇੱਕੋ ਸਮੇਂ ਲਈ ਸਾਰੀ ਲਾਈਨ ਪ੍ਰਿੰਟ ਨਹੀਂ ਕਰ ਸਕਦੇ ਇਹ ਵੀ ਤੁਹਾਨੂੰ ਜਾਦ ਹੋਣਾ ਚਾਹੀਦਾ ਉਸ ਦਾ ਜਿਹੜਾ ਕੁਝ ਭਾਗ ਹੀ ਪ੍ਰਿੰਟ ਕਰ ਸਕਦੇ ਆ ਪਰ ਗਤੀ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਲਾਈਨ ਪ੍ਰਿੰਟ ਹੀ ਬੋਲ ਦਿੱਤਾ ਜਾਂਦਾ ਵਿੱਚ ਵਿੱਚ ਠੀਕ ਹੈ ਤਾਂ ਆਪਸ਼ਨ ਨੰਬਰ ਇਥੇ ਰਾਈਟ ਆਨਸਰ ਹੈ ਆਪਸ਼ਨ ਬੀ ਨੈਕਸਟ ਹੈ ਜੀ ਕਿਹੜਾ ਨਾਮ ਪ੍ਰਿੰਟਰ ਅਤੇ ਪਲਾਟਰ ਦੋਨਾਂ ਲਈ ਵਰਤਿਆ ਜਾਂਦਾ ਹੈ ਹਾਂਜੀ ਪ੍ਰਿੰਟਰ ਅਤੇ ਪਲਾਟਰ ਦੇ ਲਈ ਇਹਨਾਂ ਦੇ ਵਿੱਚੋਂ ਕਿਹੜਾ ਨਾਮ ਵਰਤਿਆ ਜਾਂਦਾ ਵਾਂ ਤਾਂ ਇਹ ਨਾਮ ਵਰਤਿਆ ਜਾਂਦਾ ਜੀ ਡਰਮ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿਹੜਾ ਜੰਤਰ ਲਿਖਤੀ ਰੂਪ ਵਿੱਚ ਮੌਜੂਦ ਜਾਣਕਾਰੀ ਨੂੰ ਆਵਾਜ਼ ਵਿੱਚ ਬਦਲਦਾ ਹੈ ਹਾਂਜੀ ਕਿਹੜਾ ਜੰਤਰ ਜਿਹੜਾ ਲਿਖਤੀ ਜਾਣਕਾਰੀ ਨੂੰ ਆਵਾਜ਼ ਦੇ ਵਿੱਚ ਬਦਲਦਾ ਤਾਂ ਇਹ ਹੈਗਾ ਸਪੀਚ ਸਿੰਥੈਸਾਈਜ਼ਰ ਜਿਹਨੂੰ ਬੋਲਦੇ ਆ ਸਿੰਥੈਸਾਈਜ਼ਰ অপਸ਼ਨ ਸੀ ਇਸ ਦਾ ਰਾਈਟ ਆਨਸਰ ਸਪੀਚ ਸਿੰਥੈਸਾਈਜ਼ਰ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜਿਵੇਂ ਤੁਸੀਂ ਗੂਗਲ ਸਰਚ ਵੀ ਆਪਾਂ ਕਰਦੇ ਆ ਤਾਂ ਉਹਦੇ ਵਿੱਚ ਕੌਣ ਬੋਲਦਾ ਐਲੈਕਸਾ ਐਮਾਜ਼ਨ ਦੇ ਵਿੱਚ ਵੀ ਆਪਾਂ ਬੋਲਦੇ ਆ ਠੀਕ ਹੈ ਤਾਂ ਆਪਾਂ ਜਿਵੇਂ ਤਾਂ ਦੇਖੋ Google ਦੇ ਆਪਾਂ ਕੁਝ ਸਰਚ ਕਰਦੇ ਹਾਂ ਜਦੋਂ ਆਪਾਂ ਬੋਲ ਕੇ ਸਰਚ ਕਰਦੇ ਹਾਂ ਨਾ ਤਾਂ ਉਹ ਇੱਕ ਵਾਰ ਤਾਂ ਟਾਈਪ ਹੋ ਜਾਂਦਾ ਜੋ ਟਾਈਪ ਹੁੰਦਾ ਲਿਖਿਆ ਸਾਡੇ ਸਾਹਮਣੇ ਪਹਿਲੀ ਡੈਫੀਨੇਸ਼ਨ ਆਉਂਦੀ ਆ ਉਹਨੂੰ ਬੋਲ ਦਿੱਤਾ ਜਾਂਦਾ ਲੈਕਸਾ ਦੁਆਰਾ ਨੈਕਸਟ ਹੈ ਕਿਹੜਾ ਡਿਜੀਟਾਈਜ਼ਰ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਡਿਜੀਟਾਈਜ਼ਰ ਨਹੀਂ ਹੈ ਸਟਿਕਾ ਜਿਹੜੀ ਇਹ ਡਿਜੀਟਾਈਜ਼ਰ ਨਹੀਂਗੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਕੇਡ ਦਾ ਕੀ ਅਰਥ ਹੈ ਹਾਂਜੀ ਸੀਏਡੀ ਦਾ ਕੀ ਅਰਥ ਆ ਕੰਪਿਊਟਰ ਐਡਡ ਡਿਜ਼ਾਈਨ অপশন নাম্বার এ ইজ দা রাইট आंसर नेक्स्ट ਹੈ সি এ এম ਦਾ ਪੂਰਾ ਨਾਮ ਕੀ ਹੈ ਕੰਪਿਊਟਰ ਐਡਡ ਹਾਂਜੀ ਕੰਪਿਊਟਰ ਐਡਡ ਮੈਨੂਫੈਕਚਰਿੰਗ অপশন নাম্বার ਬੀ ਇਜ਼ দা রাইট आंसर ਉਹ ਕਿਹੜੀ ਡਿਵਾਈਸ ਹੈ ਜਿਸ ਦੁਆਰਾ ਇੱਕ ਫਾਈਲ ਨੂੰ ਛੋਟੇ ਛੋਟੇ ਭਾਗਾਂ ਵਿੱਚ ਵੰਡ ਕੇ ਵੱਖ-ਵੱਖ ਡਿਸਕਾਂ ਤੇ ਸਟੋਰ ਕੀਤਾ ਜਾ ਸਕਦਾ ਹਾਂਜੀ ਕਿਹੜੀ ਡਿਵਾਈਸ ਆ ਜਿਹਦੇ ਦੁਆਰਾ ਅਸੀਂ ਕੰਪਿਊਟਰ ਨੂੰ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡ ਕੇ ਸਟੋਰ ਕਰ ਸਕਦੇ ਆ ਤਾਂ ਇਹ ਹੈਗਾ ਸਟ੍ਰਿਪਿੰਗ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸੀਆਈਐਸ ਦਾ ਕੀ ਅਰਥ ਹੈ ਹਾਂਜੀ ਸੀਆਈਐਸ ਦਾ ਕੀ ਅਰਥ ਹੈ ਜੀਓਗ੍ਰਾਫੀਕਲ ਇਨਫੋਰਮੇਸ਼ਨ ਸਿਸਟਮ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜਾਣਕਾਰੀ ਦੇ ਵੱਖ-ਵੱਖ ਰੂਪ ਜਿਵੇਂ ਟੈਕਸਟ ਨੂੰ ਨੀ ਤਸਵੀਰਾਂ ਆਦ ਨੂੰ ਬਾਈਨਰੀ ਕੋਡ ਵਿੱਚ ਬਦਲਣ ਲਈ ਕਿਹੜਾ ਸ਼ਬਦ ਹੈ ਜਿਹੜਾ ਵਰਤਿਆ ਜਾਂਦਾ ਤਾਂ ਹੀ ਵਰਤਿਆ ਜਾਂਦਾ ਡਿਜੀਟਾਈਜੇਸ਼ਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਉਹ ਵਿਧੀ ਜਿਹਨੂੰ ਕੀ ਕਿਹਾ ਜਾਂਦਾ ਹੈ ਜਿਸ ਤਹਿਤ ਡਿਜੀਟਲ ਜਾਣਕਾਰੀ ਤੁਹਾਡੇ ਲਈ ਕੰਮ ਕਰਦੀ ਹੈ ਤਾਂ ਇਸ ਨੂੰ ਅਸੀਂ ਬੋਲਦੇ ਹਾਂ ਡਿਜੀਟਲਾਈਜੇਸ਼ਨ ਆਪਸ਼ਨ ਡੀ ਇਜ਼ ザ ਰਾਈਟ ਆਨਸਰ ਨੈਕਸਟ ਹੈ ਕੰਪਿਊਟਰ ਵਿੱਚ ਪੈਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਕੰਪਿਊਟਰ ਦੇ ਵਿੱਚ ਆਪਾਂ ਪੈਨ ਦੀ ਵਰਤੋਂ ਕਰਦੇ ਹਾਂ ਤੇ ਪੈਨ ਦੀ ਵਰਤੋਂ ਕੀਤੀ ਜਾਂਦੀ ਹੈ ਐਨਾਲੌਗ ਪੈਨ ਦੀ ਕਿਹੜੇ ਦੀ ਵਰਤੋਂ ਕੀਤੀ ਜਾਂਦੀ ਹੈ ਐਨਾਲੌਗ ਪੈਨ ਦੀ ਆਪਸ਼ਨ ਡੀ ਇਜ਼ ザ ਰਾਈਟ ਆਨਸਰ ਨੈਕਸਟ ਹੈ ਕੀਬੋਰਡ ਦੀ ਸਭ ਤੋਂ ਉੱਪਰ ਵਾਲੀ ਲਾਈਨ ਵਿੱਚ ਮੌਜੂਦ ਬਟਨਾਂ ਨੂੰ ਕੀ ਕਿਹਾ ਜਾਂਦਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਭ ਤੋਂ ਉੱਪਰ ਵਾਲੀ ਲਾਈਨ ਹੁੰਦੀ ਹੈ F1 ਤੋਂ F12 ਤੇ ਇਹਨਾਂ ਨੂੰ ਬੋਲਦੇ ਹਾਂ ਸੀ ਫੰਕਸ਼ਨ ਕੀਜ਼ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਰਡ ਕਾਪੀ ਕਿਸ ਯੰਤਰ ਦੁਆਰਾ ਲਈ ਜਾਂਦੀ ਹੈ ਹਾਂਜੀ ਹਾਰਡ ਕਾਪੀ ਖਾਡ ਕਾਪੀ ਹੈ ਜਿਹੜੀ ਕਿਹੜੇ ਯੰਤਰ ਦੁਆਰਾ ਲਈ ਜਾਂਦੀ ਹੈ ਤੇ ਤੁਹਾਨੂੰ ਪਤਾ ਹੀ ਹੈ ਨਾ ਪ੍ਰਿੰਟਰ ਦੁਆਰਾ ਲਈ ਜਾਂਦੀ ਹੈ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹਾਰਡ ਕਾਪੀ ਕੀ ਹੁੰਦੀ ਹੈ ਕਾਗਜ਼ ਉੱਤੇ ਲਿਖੀ ਜਾਂ ਛੱਪੀ ਜਾਣਕਾਰੀ ਨੂੰ ਅਸੀਂ ਹਾਰਡ ਕਾਪੀ ਬੋਲ ਦਿੰਦੇ ਹਾਂ ਇੱਕ ਹੁੰਦੀ ਹੈ ਸੌਫਟ ਕਾਪੀ ਜਿਹੜੀ ਜਾਣਕਾਰੀ ਸਾਨੂੰ ਸਕਰੀਨ ਜਾਂ ਮੋਨਿਟਰ ਤੇ ਦਿਖਾਈ ਦੇ ਰਹੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਮੈਮਰੀ ਦੇ ਵਿੱਚ ਸਟੋਰ ਸਟੋਰ ਕੀਤੀ ਗਈ ਆ ਤੇ ਇਸ ਨੂੰ ਅਸੀਂ ਸੌਫਟ ਕਾਪੀ ਬੋਲਦੇ ਹਾਂ ਠੀਕ ਹੈ ਨੈਕਸਟ ਹੈ ਡਾਟਾ ਮੈਟ੍ਰਿਕਸ ਡੇਜ਼ੀ ਵੀਲ ਅਤੇ ਡਿਸਕਲੈਟ ਕੀ ਹਨ ਹਾਂਜੀ ਡਾਟਾ ਮੈਟ੍ਰਿਕਸ ਐਂਡ ਡੈਜੀਵਿਲ ਐਂਡ ਡਿਸਕਲੈਟ ਇਹ ਕੀ ਆ ਤਾਂ ਇਹ ਹੈਗੇ ਆ ਜੀ ਦੇਖ ਸਕਦੇ ਹੋ ਤੁਸੀਂ ਆਪਸ਼ਨ ਤੁਹਾਡੇ ਸਾਹਮਣੇ ਆ ਇਹ ਹੈਗਾ ਪ੍ਰਿੰਟਰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਇੱਥੇ ਜੇ ਆਪਾਂ ਡੈਜੀਵਿਲ ਦੀ ਗੱਲ ਕਰੀਏ ਤਾਂ ਇਸ ਪ੍ਰਿੰਟ ਇਹ ਜਿਹੜੀ ਪ੍ਰਿੰਟਰ ਦੇ ਵਿੱਚ ਵਰਤੀ ਜਾਂਦੀ ਇੱਕ ਟਾਈਪਿੰਗ ਟਾਈਪਿੰਗ ਆ ਠੀਕ ਹੈ ਤਕਨੀਕ ਟਾਈਪਿੰਗ ਜਿਹਨੂੰ ਅਸੀਂ ਟਾਈਪਰਾਈਟਰ ਬੋਲ ਦਿੰਨੇ ਆ ਟਾਈਪ ਰਾਈਟਰ ਮਸ਼ੀਨ ਦੀ ਤਕਨੀਕ ਨਾਲ ਮਿਲਦੀ ਜੁਲਦੀ ਹੀ ਹੁੰਦੀ ਹੈ ਇਹ ਕਾਫੀ ਪੁਰਾਣੀ ਤਕਨੀਕ ਆ ਤੇ ਅੱਜਕੱਲ ਇੰਨਾ ਪ੍ਰਿੰਟਰਾਂ ਦੀ ਜਿਹੜੀ ਵਰਤੋ ਨਹੀਂ ਹੋ ਰਹੀਗੀ ਠੀਕ ਹੈ ਅੱਗੇ ਆ ਗਿਆ ਜੀ ਇੱਕ ਆਪਾਂ ਪੜਿਆ ਵਾ ਡਾਟਾ ਮੈਟ੍ਰਿਕਸ ਤਾਂ ਡਾਟਾ ਮੈਟ੍ਰਿਕਸ ਪ੍ਰਿੰਟਰ ਆ ਜਿਹੜਾ ਇਸ ਵਿੱਚ ਪ੍ਰਿੰਟ ਵਿੱਚ ਆ ਇਸ ਵਿੱਚ ਪ੍ਰਿੰਟ ਕਰਨ ਲਈ ਅ ਅਛੜਾਂ ਦੀ ਵਰਤੋਂ ਨਹੀਂ ਬਲਕਿ ਇੱਕ ਪ੍ਰਿੰਟਿੰਗ ਹੈਡ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਪ੍ਰਿੰਟਿੰਗ ਹੈਡ ਵਿੱਚ ਛੋਟੀਆਂ ਸੂਈਆਂ ਵਾਲੀਆਂ ਕਈ ਸਮਾਨਾਂਤਰ ਲਾਈਨਾਂ ਹੁੰਦੀਆਂ ਹੈਡ ਵਿੱਚ ਲੱਗੀਆਂ ਇਹ ਸੂਈਆਂ ਜਿਹੜੀਆਂ ਅੱਗੇ ਪਿੱਛੇ ਵੀ ਹੋ ਸਕਦੀਆਂ ਨੇ ਤੇ ਇਹ ਸੂਈਆਂ ਦੀਆਂ ਜਿਹੜੀਆਂ ਜਿਹੜੀ ਇੱਕ ਮੈਟ੍ਰਿਕਸ ਦੇ ਰੂਪ ਵਿੱਚ ਹੁੰਦੀ ਹੈ ਰੋ ਜਾਂ ਕਾਲਮ ਦੇ ਰੂਪ ਵਿੱਚ ਹੁੰਦੀ ਹੈ ਨਾ ਮੈਟ੍ਰਿਕਸ ਦਾ ਮੀਨਿੰਗ ਇਹ ਆ ਇਹਨਾਂ ਵਿੱਚੋਂ ਕੁਝ ਸੂਈਆਂ ਮਤਲਬ ਅੱਗੇ ਵਧ ਕੇ ਅਖਰ ਦਾ ਰੂਪ ਧਾਰਨ ਕਰ ਲੈਂਦੀਆਂ ਵਾ ਤੇ ਰੀਵਨ ਤੋਂ ਹੁੰਦੀਆਂ ਹੋਈਆਂ ਕਾਗਜ਼ਾਂ ਨਾਲ ਟਕਰਾਉਂਦੀਆਂ ਨੇ ਤੇ ਅਖਰ ਨੂੰ ਕਾਗਜ਼ ਤੇ ਪ੍ਰਿੰਟ ਕਰਦੀਆਂ ਇਹਨਾਂ ਦੀ ਜਿਹੜੀ ਸਪੀਡ ਆ ਉਹ 30 ਤੋਂ 600 CPS ਦੀ ਹੁੰਦੀ ਹੈ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਤੇ ਹੋਰ ਆਪਾਂ ਕਿਹੜਾ ਪੜਿਆ ਵਾ ਇਹਦੇ ਵਿੱਚ ਡਿਸਕਲੈਟਰ ਡਿਸਕਲੈਟਰ ਬਾਰੇ ਆਪਾਂ ਮੈਂ ਤੁਹਾਨੂੰ ਅੱਗੇ ਦੱਸਦੀ ਆ ਇਹਦੇ ਬਾਰੇ ਇੱਕ ਐਮਸੀਕਿਊ ਹੋਰ ਵੀ ਐਡ ਕੀਤੇ ਹੋਇਆ ਨੈਕਸਟ ਹੈ ਸਪੀਕਰ ਅਤੇ ਹੈੱਡਫੋਨ ਕਿਸ ਕਿਸਮ ਦੇ ਜੰਤਰ ਹਾਂਜੀ ਸਪੀਕਰ ਅਤੇ ਹੈੱਡਫੋਨ ਆਉਟਪੁੱਟ ਜੰਤਰ অপਸ਼ਨ ਡੀ ਇਜ਼ ਦਾ ਰਾਈਟ ਆਂਸਰ ਨੈਕਸਟ ਲੇਜ਼ਰ ਪ੍ਰਿੰਟਰ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹਾਂਜੀ ਲੇਜ਼ਰ ਪ੍ਰਿੰਟਰ ਲੇਜ਼ਰ ਪ੍ਰਿੰਟਰ ਦੇ ਲਈ ਕੀ ਵਰਤਿਆ ਜਾਂਦਾ ਵਾ ਕੀ ਬੋਲਦੇ ਆਪਾਂ ਕੀ ਵਰਤਿਆ ਜਾਂਦਾ ਦੇਖੋ ਮੈਂ ਤੁਹਾਨੂੰ ਇਹ ਵੀ ਦੱਸ ਦੇਣੀ ਆ ਇਹ ਬਹੁਤ ਵਧੀਆ ਸ਼ਪਾਈ ਕਰਦਾ ਵਾ ਤੇ ਉਹ ਵੀ ਇਹ ਵੀ ਮਤਲਬ ਇਹਦੀ ਗਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਸ ਨੂੰ ਲੇਜ਼ਰ ਪ੍ਰਿੰਟਰ ਇਸ ਕਰਕੇ ਬੋਲ ਦਿੰਨੇ ਆ ਕਿਉਂਕਿ ਇਸ ਵਿੱਚ ਲੇਜ਼ਰ ਦੀ ਮਦਦ ਦੇ ਨਾਲ ਛਪਾਈ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਇਸ ਵਿੱਚ ਵਰਤੀ ਜਾਣ ਵਾਲੀ ਜਿਹੜੀ ਇਨਕ ਉਹ ਖੁਸ਼ਕ ਤੇ ਬਹੁਤ ਹੀ ਬਰੀਕ ਬਾਰਡਰ ਤੋਂ ਤਿਆਰ ਕੀਤੀ ਜਾਂਦੀ ਹੈ ਦੇ ਰੂਪ ਵਿੱਚ ਹੁੰਦੀ ਹੈ ਜਾਂ ਇਹ ਪ੍ਰਿੰਟਰ ਨੂੰ 10 ਪੇਜ ਤੋਂ ਲੈ ਕੇ 100 ਪੇਜ 1 ਮਿੰਟ ਦੀ ਰਫਤਾਰ ਨਾਲ ਪ੍ਰਿੰਟ ਕਰ ਸਕਦਾ ਇਹ ਆਵਾਜ਼ ਵੀ ਨਹੀਂ ਕਰਦਾ ਪਰ ਮਹਿੰਗਾ ਬਹੁਤ ਹੁੰਦਾ ਵਾ ਠੀਕ ਹੈ ਤਾਂ ਲੇਜ਼ਰ ਪ੍ਰਿੰਟਰ ਆ ਜਿਹੜਾ ਇਹਦੇ ਲਈ ਕਾਦੀ ਕੀ ਚੀਜ਼ ਵਰਤੀ ਜਾਂਦੀ ਹੈ ਪੇਜ ਵਰਤੇ ਜਾਂਦਾ ਠੀਕ ਹੈ ਪੇਜ ਪ੍ਰਿੰਟਰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੋ ਆਇਸਟਿਕ ਦੀ ਵਰਤੋਂ ਮੁਢਲੇ ਤੌਰ ਤੇ ਕਿਸ ਲਈ ਕੀਤੀ ਜਾਂਦੀ ਹੈ ਕੰਪਿਊਟਰ ਦੇ ਵਿੱਚ ਗੇਮਾਂ ਖੇਡਣ ਲਈ ਤਾਂ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਕਰੀਨ ਦਾ ਮੋਨਿਟਰ ਦਾ ਹੋਰ ਨਾਮ ਕੀ ਹੁੰਦਾ ਹਾਂਜੀ ਸਕਰੀਨ ਨੂੰ ਆਪਾਂ ਕੀ ਬੋਲ ਦਿੰਨੇ ਆ ਡਿਸਪਲੇ ਬੋਲ ਦਿੰਨੇ ਆ ਠੀਕ ਹੈ ਹੁਣ ਧਿਆਨ ਰੱਖੋ ਮੋਨੀਟਰ ਨੂੰ ਵੀ ਬੋਲ ਦਿੰਨੇ ਆ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਕਿਹੜਾ ਸਮੂਹ ਸਿਰਫ ਇਨਪੁਟ ਉਪਕਰਨਾਂ ਦਾ ਹੈ ਸਿਰਫ ਇਨਪੁਟ ਉਪਕਰਨਾਂ ਜਿਹੜੇ ਉਹ ਕਿਹਦੇ ਵਿੱਚ ਆਉਂਦੇ ਆ ਮਾਊਸ ਕੀਬੋਰਡ ਐਂਡ ਸਕੈਨਰ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਇਹ ਇਨਪੁਟ ਉਪਕਰਨ ਹੈ ਨੈਕਸਟ ਹੈ ਡਿਜੀਟਲ ਕੈਮਰਾ ਕਿਹੜੀ ਕਿਸਮ ਦਾ ਉਪਕਰਨ ਹੈ ਹਾਂਜੀ ਡਿਜੀਟਲ ਕੈਮਰਾ ਇਨਪੁਟ ਹੈ ਇੱਕ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਬਾਰ ਕੋਡ ਰੀਡਰ ਇੱਕ ਉਦਾਹਰਣ ਹੈ ਹਾਂਜੀ ਬਾਰ ਕੋਡ ਜਿਹੜੀ ਬਾਰ ਕੋਡ ਦੀ ਆਪਾਂ ਗੱਲ ਗੱਲ ਕਰਦੇ ਹਾਂ ਬਾਰ ਕੋਡ ਇਹ ਕਿਸ ਦੀ ਉਦਾਹਰਣ ਹੈ ਇਨਪੁਟ ਦੀ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ OCR ਅੱਖਰਾਂ ਦੇ ਚਿੰਨ੍ਹਾਂ ਡੈਸ਼ ਦੀ ਪਛਾਣ ਕਰਦੇ ਹਨ ਹਾਂਜੀ OCR ਜਾਨੀ ਕਿ ਆਪਟੀਕਲ ਕਰੈਕਟਰ ਰੀਡਰ ਇਹ ਕਾਗਜ਼ ਉੱਤੇ ਪ੍ਰਿੰਟ ਕੀਤੇ ਜਾਂ ਟਾਈਪ ਕੀਤੇ ਅੱਖਰਾਂ ਤੇ ਅਲੱਗ-ਅਲੱਗ ਚਿੰਨ੍ਹਾਂ ਨੂੰ ਪੜ ਸਕਦਾ ਵਾ ਤੇ ਇਹ ਰੋਸ਼ਨੀ ਦੇ ਪਰਵਰਤਿਤ ਹੋਣ ਦੇ ਸਿਧਾਂਤ ਤੇ ਕੰਮ ਕਰਦਾ ਰੋਸ਼ਨੀ ਦੇ ਪਰਵਰਤਿਤ ਹੋਣ ਦੇ ਸਮੇਂ ਸਮੇ ਹੋ ਰਹੇ ਪਰਿਵਰਤਨਾਂ ਨੂੰ ਇਹ ਬਾਈਨਰੀ ਭਾਸ਼ਾ ਬਦਲ ਦਿੰਦਾ ਠੀਕ ਹੈ ਤਾਂ ਇਹ ਕੀ ਦੀ ਇਹ ਕਿਹੜੇ ਅੱਖਰਾਂ ਜਾਂ ਚਿੰਨ੍ਹਾਂ ਦੀ ਪਛਾਣ ਕਰਕੇ ਕੰਮ ਕਰਦਾ ਬੰਤਰ ਜਾਂ ਸ਼ਕਲ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ राइट आंसर नेक्स्ट है एम आई सी आर ਵਿੱਚ ਸੀ ਦੀ ਵਰਤੋਂ ਕਿਸ ਸ਼ਬਦ ਦੇ ਲਈ ਹੁੰਦੀ ਹੈ ਹਾਂਜੀ एम आई सी आर ਦੇ ਵਿੱਚ ਸੀ ਜਿਹੜਾ ਵਰਤਿਆ ਜਾਂਦਾ ਇਹਦਾ ਮਤਲਬ ਹੁੰਦਾ ਕੈਰੈਕਟਰ অপਸ਼ਨ ਸੀ ਇਸ ਦਾ ਰਾਈਟ ਆਨਸਰ ਕੈਰੈਕਟਰ एम आई सी ਠੀਕ ਹੈ नेक्स्ट ਹੈ ਜੀ ਬਹੁਤੇ ਉਤਪਾਦਾਂ ਉੱਤੇ ਛਾਪੀਆਂ ਗਈਆਂ ਲਾਈਨਾਂ ਦੇ ਪੈਟਰਨ ਨੂੰ ਕੀ ਕਿਹਾ ਜਾਂਦਾ ਹਾਂਜੀ ਬਹੁਤ ਜ਼ਿਆਦਾ ਪ੍ਰੋਡਕਟਸ ਉੱਤੇ ਛਾਪੀਆਂ ਗਈਆਂ ਜਿਹੜੀਆਂ ਲਾਈਨਾਂ ਆ ਉੱਪਰ ਤੋਂ ਹੇਠਾਂ ਵਾਲੇ ਨੂੰ ਇਸ ਪੈਟਰਨ ਨੂੰ ਅਸੀਂ ਬੋਲਦੇ ਹਾਂ 바ਰ ਕੋਡ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਭ ਤੋਂ ਵਧੀਆ ਕੁਆਲਿਟੀ ਦੀ ਆਉਟਪੁੱਟ ਕਿਹੜਾ ਦਿੰਦਾ ਹੈ ਹਾਂਜੀ ਸਭ ਤੋਂ ਵਧੀਆ ਕੁਆਲਿਟੀ ਦੀ ਜਿਹੜੀ ਆਉਟਪੁੱਟ ਆ ਉਹ ਸਾਨੂੰ ਦਿੰਦਾ ਵਾ ਨੋਨ ਆ ਨੋਨ ਇੰਪੈਕਟ ਪ੍ਰਿੰਟਰ ਜਾਂ ਪੇਜ ਪ੍ਰਿੰਟਰ ਵੀ ਬੋਲ ਦਿੰਦੇ ਆ ਉਹਨੂੰ ਨੋਨ ਇੰਪੈਕਟ ਪ੍ਰਿੰਟਰ ਠੀਕ ਹੈ ਜਾਂ ਪੇਜ ਪ੍ਰਿੰਟਰ ਹੈ ਇਹ ਦੇਖੀ ਇਹਨਾਂ ਦੀ ਜਿਹੜੀ ਸਪੀਡ ਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਕੋ ਸਮੇਂ ਵਿੱਚ ਇਹ ਸਾਰਾ ਪੇਜ ਪ੍ਰਿੰਟ ਕਰ ਸਕਦੇ ਆ ਜਿਸ ਕਰਕੇ ਇਹਨਾਂ ਨੂੰ ਪੇਜ ਪ੍ਰਿੰਟ ਬੋਲ ਦਿੰਨੇ ਆ ਤੇ ਪ੍ਰਿੰਟ ਕਰਦੇ ਸਮੇਂ ਇਹਨਾਂ ਵਿੱਚ ਕੋਈ ਵੀ ਚੀਜ਼ ਕਾਗਜ਼ ਨਾਲ ਨਹੀਂ ਟਕਰਾਂਦੀ ਜਿਸ ਕਰਕੇ ਇਹਨਾਂ ਨੂੰ ਅਸੀਂ ਨੋਨ ਇੰਪੈਕਟ ਪ੍ਰਿੰਟਰ ਬੋਲ ਦਿੰਨੇ ਆ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਲੇਜ਼ਰ ਪ੍ਰਿੰਟ ਇ ਇਨਕ ਜੈਟ ਪ੍ਰਿੰਟਰ ਤੇ ਥਰਮਲ ਪ੍ਰਿੰਟਰ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਰੱਖਣਾ ਨੈਕਸਟ ਹੈ ਜੀ ਮਾਊਸ ਤੋਂ ਹਾਂਜੀ ਮਾਊਸ ਤੇ ਦੋ ਬਟਨ ਬਣੇ ਹੁੰਦੇ ਆ ਤੁਹਾਨੂੰ ਪਤਾ ਮਾਊਸ ਤੇ ਦੋ ਬਟਨਾਂ ਵਿੱਚ ਘਰ ਲੱਗੇ ਗੋਲ ਘੁੰਮਣ ਵਾਲੀ ਬਟਨ ਨੂੰ ਕੀ ਬੋਲਦੇ ਆ ਹਾਂਜੀ ਤੋ ਜੀ ਆਪਾਂ ਕੰਪਿਊਟਰ ਚਲਾਉਨੇ ਆ ਮਾਊਸ ਵੀ ਆਪਾਂ ਸਾਰਿਆਂ ਨੇ ਦੇਖਿਆ ਹੋਣਾ ਲੈਫਟ ਰਾਈਟ ਬਟਨ ਵੀ ਹੁੰਦੇ ਆ ਪਰ ਉਹਨਾਂ ਦੇ ਸੈਂਟਰ ਦੇ ਵਿੱਚ ਨਾ ਇੱਕ ਗੋਲ ਬਟਨ ਲੱਗਿਆ ਹੁੰਦਾ ਜਿਹਨੂੰ ਅਸੀਂ ਮਤਲਬ ਕਿ ਘੁਮਾਉਨੇ ਆ ਘੁਮਾ ਸਕਦੇ ਆ ਤੇ ਉਹ ਬਟਨ ਨੂੰ ਕੀ ਬੋਲਦੇ ਆ ਸਕਰੋਲ ਕਰਨਾ ਕਹਿੰਦੇ ਆ ਨਾ ਆਪਾਂ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਟੀਟੀਐਸ ਦਾ ਕੀ ਅਰਥ ਹੈ ਹਾਂਜੀ ਟੀਟੀਐਸ ਦਾ ਅਰਥ ਹੈ ਟੈਕਸਟ ਟੂ ਸਪੀਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਵਾਈਫਾਈ ਦਾ ਪੂਰਾ ਅਰਥ ਕੀ ਹੈ ਹਾਂਜੀ ਵਾਈਫਾਈ ਦਾ ਪੂਰਾ ਅਰਥ ਹੈ ਵਾਇਰਲੈਸ ਫਿਡੇਲਿਟੀ অপਸ਼ਨ ਨੰਬਰ A ਇਜ਼ ザ ਰਾਈਟ ਆਨਸਰ ਨੈਕਸਟ ਹੈ ਜੀ ਜੀਪੀਐਸ ਦਾ ਕੀ ਅਰਥ ਹੈ ਹਾਂਜੀ ਜੀਪੀਐਸ ਦਾ ਜੀਪੀਐਸ ਦਾ ਅਰਥ ਹੈ ਗਲੋਬਲ ਪੋਇਜ਼ਨਿੰਗ ਸਿਸਟਮ অপਸ਼ਨ B ਇਜ਼ ザ ਰਾਈਟ ਆਨਸਰ ਨੈਕਸਟ ਹੈ ਜੀਪੀਐਸ ਦੀ ਖੋਜ ਦੀ ਸ਼ੁਰੂਆਤ ਕਦੋਂ ਹੋਈ ਹਾਂਜੀ ਜੀਪੀਐਸ ਦੀ ਖੋਜ ਦੀ ਸ਼ੁਰੂਆਤ ਕਦੋਂ ਹੋਈ 1970 ਦੇ ਵਿੱਚ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕੰਪਿਊਟਰ ਸਿਸਟਮ ਵਿੱਚ ਸਾਰੇ ਇਨਪੁਟ ਇਨਪੁਟ ਅਤੇ ਆਊਟਪੁਟ ਉਪਕਰਨਾਂ ਲਈ ਵਰਤੇ ਜਾਣ ਵਾਲੇ ਸ਼ਬਦ ਕਿਹੜਾ ਹੈ ਹਾਂਜੀ ਕੰਪਿਊਟਰ ਸਿਸਟਮ ਦੇ ਵਿੱਚ ਸਾਰੇ ਇਨਪੁਟ ਅਤੇ ਆਊਟਪੁਟ ਉਪਕਰਨਾਂ ਦੇ ਲਈ ਜਿਹੜਾ ਵਰਤਿਆ ਜਾਣ ਵਾਲਾ ਸ਼ਬਦ ਆ ਉਹ ਹੈ ਹਾਰਡਵੇਅਰ ਐਂਡ ਪੈਰੀਫਰਲ ਤਾਂ ਇਹਦਾ ਮਤਲਬ ਕੀ ਆ ਕਿ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਪ੍ਰੋਕਤ ਦੋਵੇਂ ਨੈਕਸਟ ਹੈ ਕਿਹੜਾ ਉਪਕਰਨ ਪੇਪਰ ਤੋਂ ਛਪੇ ਅੱਖਰਾਂ ਨੂੰ ਆਪਣੇ ਆਪ ਪੜ੍ਹ ਕੇ ਕੰਪਿਊਟਰ ਵਿੱਚ ਇਨਪੁਟ ਕਰ ਸਕਦਾ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਉਪਕਰਨ ਜਿਹੜਾ ਪੇਪਰ ਤੇ ਛਪੇ ਹੋਏ ਅੱਖਰਾਂ ਨੂੰ ਆਪਣੇ ਆਪ ਪੜ੍ਹ ਕੇ ਕੰਪਿਊਟਰ ਤੇ ਇਨਪੁਟ ਕਰ ਸਕਦਾ ਤਾਂ ਉਹ ਹੈ ਜੀ OCR ਆਪਸ਼ਨ A ਇਸ ਦਾ ਰਾਈਟ ਆਨਸਰ ਆਪਟੀਕਲ ਕਰੈਕਟਰ ਰੀਡਰ ਠੀਕ ਹੈ ਨੈਕਸਟ ਹੈ 바ਰ ਕੋਡ ਨੂੰ ਪੜਨ ਲਈ QR ਕੋਡ ਕਰਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ 바ਰ ਕੋਡ ਨੂੰ ਪੜਨ ਦੇ ਪੜਨ ਦੇ ਲਈ OBCR ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ ਸੀ ਇਸ ਦਾ ਰਾਈਟ ਆਨਸਰ ਜਾਨੀ ਕਿ ਆਪਟੀਕਲ 바ਰ ਕੋਡ ਰੀਡਰ ਨੈਕਸਟ ਹੈ HDMI ਦਾ ਕੀ ਅਰਥ ਆ ਹਾਂਜੀ HDMI ਦਾ ਅਰਥ ਆ हाई डेफिनिशन मल्टीमीडिया इंटरफेस ऑप्शन नंबर ए इज द राइट आंसर नेक्स्ट है जी हेड ਦਿੱਤੇਆਂ ਵਿੱਚੋਂ ਕਿਹੜਾ ਆਉਟਪੁੱਟ ਉਪਕਰਨ ਦੀ ਉਦਾਹਰਣ ਹੈ हां जी ਆਉਟਪੁੱਟ ਉਪਕਰਨ ਦੀ ਉਦਾਹਰਣ ਸੀਆਰਟੀ ਠੀਕ ਹੈ ਕਿਹਨ-ਕਿਹਨਾਂ ਸੀਆਰਟੀ ਆ ਹੋਰ ਸੱਤ ਸੈਗਮੈਂਟ ਆ ਤੇ ਇੱਕ ਪ੍ਰਿੰਟਰ ਆ ਇਹ ਸਾਰੇ ਕੀ ਆ ਆਉਟਪੁੱਟ ਦੇ ਉਦਾਹਰਣ ऑप्शन नंबर डी इज द राइट आंसर नेक्स्ट है ਇੱਕ ਮੈਗਾ ਪਿਕਸਲ ਵਿੱਚ ਕਿੰਨੇ ਪਿਕਸਲ ਹੁੰਦੇ ਹਨ ਹਾਂਜੀ ਇੱਕ ਮੈਗਾ ਪਿਕਸਲ ਦੇ ਵਿੱਚ ਕਿੰਨੇ ਪਿਕਸਲ ਹੁੰਦੇ ਆ 10 ਪਾਵਰ 6 ਪਿਕਸਲ ਵੀ ਹੋ ਸਕਦੇ ਆ 10 ਲੱਖ ਵੀ ਹੋ ਸਕਦੇ ਆ ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਕਿ ਦੋਵੇਂ ਹੀ ਆ ਨੈਕਸਟ ਹੈ ਜੀ ਹਾਂਜੀ ਫੈਕਸ ਕਿਸ ਸ਼ਬਦ ਦਾ ਛੋਟਾ ਨਾਮ ਆ ਫੈਕਸ ਕਿਤੇ ਲਈ ਵਰਤਿਆ ਜਾਂਦਾ ਫੈਕਸਿਮਾਈਲ ਲਈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਐਕਸ ای ਆਰਓ ਐਕਸ ਕਿਸ ਨਾਲ ਸੰਬੰਧਿਤ ਆ ਤੇ ਹੈਗਾ ਜੀ ਪ੍ਰਿੰਟ ਉਪਕਰਨ ਦੇ ਨਾਲ অপਸ਼ਨ B ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਕੰਪਿਊਟਰ ਮਾਊਸ ਦੀ ਖੋਜ ਕਿਸ ਨੇ ਕੀਤੀ ਕੰਪਿਊਟਰ ਮਾਊਸ ਦੀ ਖੋਜ ਡਗਲਸ ਇਜ਼ਲਰਵਾਇਟਰ ਨੇ ਕੀਤੀ অপਸ਼ਨ B ਇਜ਼ ਦਾ ਰਾਈਟ ਆਂਸਰ ਵੈਰੀ ਇੰਪੋਰਟੈਂਟ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ